ਕੀ ਹਾਲ ਚਾਲ ਭਾਈ ਜੀ ਰਾਜੀ ਹੋ। ਗੱਲ ਇਹ ਆ ਵੀ ਜਿੱਦਾਂ ਆਪਾਂ ਪਾਵਰ ਸਟੀਅਰਿੰਗ ਇੱਕ ਟਰੈਕਟਰ ਦੀ ਵੀਡੀਓ ਪਾਈ ਸੀ, ਇੱਕ ਵੀਰ ਨੇ ਸੱਜਣ ਖਾਲਸਾ ਜੀ ਉਹਨਾਂ ਨੇ ਟਰੈਕਟਰ ਕੀਤਾ ਸਵਰਾਜ 735 ਪੁਰਾਣਾ ਮਾਡਲ ਟਰੈਕਟਰ ਆ, ਉਹਨਾਂ ਨੇ ਆਪਣੇ ਦਿਮਾਗ ਨਾਲ ਟਰੈਕਟਰ ਨੂੰ ਪਾਵਰ ਸਟੀਅਰਿੰਗ ਕੀਤਾ ਅਤੇ ਟਰੈਕਟਰ ਦੇ ਅੱਗੇ ਪੰਪ ਲਾਇਆ, ਜੈਕ ਵੀ ਘਰੇ ਹੀ ਪਿਆ ਸੀ, ਪੰਪ ਵੀ ਲਾਇਆ ਅਤੇ ਆਰ ਵੀ ਡੋਲ ਵੀ ਉਹਨਾਂ ਨੇ 10-12 ਹਜ਼ਾਰ ਦਾ ਲੈ ਕੇ ਬਾਹਰੋਂ ਲਾਇਆ। ਸਾਰੀ ਮਿਹਨਤ ਉਹਨਾਂ ਨੇ ਆਪ ਕਰੀ ਹੈ। ਪੰਪ ਆ ਜਿਹੜਾ ਇਹ 'ਚ ਵੱਡਾ 40 ਲੀਟਰ ਵਾਲਾ ਲਾਇਆ ਗਿਆ, ਇੱਕੇ ਪੰਪ ਤੋਂ ਲਿਫਟ ਕੰਮ ਕਰਦੀ ਆ, ਇੱਕੇ ਪੰਪ ਤੋਂ ਸਟੀਅਰਿੰਗ ਕੰਮ ਕਰਦਾ ਅਤੇ ਬਹੁਤ ਹੀ ਥੋੜ੍ਹੇ ਖਰਚੇ 'ਚ। ਜੈਕ ਵੀ ਉਹਨਾਂ ਨੇ ਕਹਿੰਦੇ ਘਰੋਂ ਹੀ ਰਿਪੇਅਰ ਕਰਕੇ ਲਾਤਾ, ਬਾਕੀ ਵੀਡੀਓ ਤੁਸੀਂ ਸਾਰਾ ਸੁਣ ਲਿਓ, ਆਰ ਵੀ ਡੋਲ ਕਿੱਥੋਂ ਲਿਆ ਉਹਨਾਂ ਨੇ ਲੁਧਿਆਣੇ ਤੋਂ, ਉਹ ਵੀ ਸਾਰਾ ਸੁਣ ਲਿਓ ਅਤੇ ਦੇਖੋ, ਦੇਖ ਕੇ ਦੱਸੋ ਤੁਹਾਨੂੰ ਕਿਵੇਂ ਲੱਗਿਆ, ਕੀ ਇਹਦੇ 'ਚ ਗੁਣਾ, ਕੀ ਇਹ ਤੁਹਾਨੂੰ ਲੱਗਦਾ ਵੀ ਕਿਵੇਂ ਕਾਮਯਾਬ ਲੱਗਦਾ। ਜੇ ਕਿਸੇ ਨੂੰ ਇਹਨੂੰ ਦੇਖ ਕੇ ਫਾਇਦਾ ਮਿਲਦਾ ਤਾਂ ਜ਼ਰੂਰ ਕਰੇ। ਬਾਈ ਦਾ ਨੰਬਰ ਵੀ ਆਪਾਂ ਮੈਨਸ਼ਨ ਕਰ ਦਾਂਗੇ ਕਮੈਂਟਾਂ 'ਚ, ਮੰਗ ਲਿਓ, ਨੰਬਰ ਦੇ ਦਾਂਗੇ। ਮੈਂ ਉੱਦਾਂ ਪਾਉਣਾ ਨਹੀਂ ਚਾਹੁੰਦਾ ਕਿਉਂਕਿ ਫੋਨ ਵਾਲੇ ਆਉਂਦੇ ਨੇ, ਫਿਰ ਅਗਲਾ ਵੀ ਬੰਦਾ ਕੰਮ ਵਾਲਾ ਹੁੰਦਾ, ਬੰਦਾ ਪਰੇਸ਼ਾਨ ਆ ਜਿਹੜਾ ਉਹ ਹੋਣ ਲੱਗ ਜਾਂਦਾ। ਸੋ ਅਗਲੀ ਗੱਲ, ਇਹ ਮੇਰੀ ਕੋਈ ਕਾਢ ਨਹੀਂ, ਮੇਰੀ ਇਹਦੇ 'ਚ ਕੋਈ ਮਿਹਨਤ ਨਹੀਂ, ਇਹ ਬਾਈ ਦੀ ਮਿਹਨਤ ਆ। ਉਹਨੇ ਵੀਡੀਓ ਬਣਾਈ ਆ, ਉਹਨਾਂ ਨੇ ਆਪ ਟਰੈਕਟਰ ਆਪਦਾ ਘਰੇ ਤਿਆਰ ਕੀਤਾ, ਬਹੁਤ ਸੋਹਣੀ ਮਤਲਬ ਕਿ ਕੰਮ ਕੀਤਾ। ਮੈਂ ਚਾਹੁੰਦਾ ਹੁੰਦਾ ਕਿ ਲੋਕ ਇਹੋ ਜਿਹਾ ਕੰਮ ਕਰਨ, ਕੋਈ ਇਹੋ ਜਿਹੀ ਕਾਢ ਕੱਢੇ ਤਾਂ ਕਿ ਕਿਸੇ ਦਾ ਕੋਈ ਫਾਇਦਾ ਹੋਵੇ। ਇਹਦਾ ਜਿਹੜਾ ਕ੍ਰੈਡਿਟ ਆ ਵੀਡੀਓ ਦਾ ਉਹ ਬਾਈ ਨੂੰ ਮਿਲਣਾ ਜਿਨ੍ਹਾਂ ਨੇ ਕੀਤਾ। ਮੇਰੀ ਕੋਈ ਕਾਢ ਨਹੀਂ, ਮੇਰੀ ਕੋਈ ਮਿਹਨਤ ਨਹੀਂ, ਮੈਨੂੰ ਤਾਂ ਉਹ ਬਾਈ ਨੇ ਖਾਲਸਾ ਨੇ ਜੀ ਨੇ ਫੋਟੋ ਆਹ ਵੀਡੀਓ ਪਾਤੀ, ਅੱਗੇ ਮੈਂ ਵੀਡੀਓ ਜਿਹੜੀ ਪੋਸਟ ਕਰਤੀ ਅਤੇ ਬਾਕੀ ਹੁਣ ਤੁਸੀਂ ਦੇਖ ਲਓ ਤੁਹਾਨੂੰ ਇਹ ਕਿੱਦਾਂ ਦਾ ਲੱਗਦਾ, ਕੀ ਤਰੀਕਾ ਕਰ ਲੱਗਦਾ, ਠੀਕ ਆ ਜੀ। ਸੋ ਅੱਗੇ ਵੀਡੀਓ 'ਚ ਸਾਰਾ ਕੁਛ ਦੇਖ ਲਓ। ਧੰਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਵੀ ਜੀ ਟਰੈਕਟਰ ਕਰਿਆ ਪ੍ਰੈਸ ਸਟੀਅਰਿੰਗ ਖੁਦ, ਅੱਜ ਇੱਕ ਲਾਇਆ ਵੀਰੇ ਇਹਦਾ, ਆ ਪੰਪ ਵੀਰੇ ਬਾਹਰ ਲਾਇਆ, ਇੰਜਣ ਨਾਲੋਂ ਕਰਾਸ ਪਾ ਕੇ ਸ਼ਾਫਟ ਪਾ ਕੇ ਮੂਹਰੇ ਪੰਪ, ਵੈਸੇ ਤਾਂ ਸਾਲ ਇੱਕ ਪਹਿਲਾਂ ਹੀ ਲਾਤਾ ਸੀ, ਲਿਫਟ ਇਸੇ ਨਾਲ ਹੀ ਚੱਲਦੀ ਹੈ, ਹੁਣ ਪ੍ਰੈਸ਼ਰ ਸਟੀਅਰਿੰਗ ਵੀ ਇਸੇ ਨਾਲ ਚਲਾਤਾ, ਦੋਵੇਂ ਚੀਜ਼ਾਂ ਇੱਕੋ ਪੰਪ 'ਤੇ ਚੱਲਦੀਆਂ ਨੇ, ਸਟੀਅਰਿੰਗ ਵੀ ਅਤੇ ਇਹਦੀ ਟਰੈਕਟਰ ਦੀ ਲਿਫਟ ਵੀ ਇਸੇ ਪੰਪ 'ਤੇ ਚੱਲਦੀ ਆ। ਜਿਹੜਾ ਬਾਜ਼ਾਰ ਦੇ ਵਿੱਚ ਜਾਂ ਟਰੈਕਟਰਾਂ ਨੂੰ ਨਵਾਂ ਪੰਪ ਆਉਂਦਾ ਜਿਹੜਾ, ਉਹ ਪੰਪ 20 ਜਾਂ 25 ਲੀਟਰ ਦਾ ਹੁੰਦਾ, ਪਰ ਜਿਹੜਾ ਇਹ ਪੰਪ ਆ ਇਹ 40 ਲੀਟਰ ਦਾ। ਇਹ ਦੋਵੇਂ ਚੀਜ਼ਾਂ, ਇਹ ਟਰੈਕਟਰ ਦੀ ਲਿਫਟ ਵੀ ਚਲਾਉਂਦਾ ਅਤੇ ਪਾਵਰ ਸਟੀਅਰਿੰਗ ਵੀ ਚਲਾਉਂਦਾ। ਆਹ ਵੀਰੇ ਆਰ ਵੀ ਡੋਲ ਲਾਇਆ, ਇੱਥੇ ਪੈਪ ਵਾਪਸ ਘੁਮਾ ਕੇ ਟਰੈਕਟਰ ਦੀ ਲਿਫਟ ਨੂੰ ਲਾਤਾ ਵਾਪਸੀ, ਉਸੇ ਟਰੈਕਟਰ ਦੇ ਤੇਲ ਨਾਲੇ, ਕੋਈ ਵੱਖਰੀ ਟੈਂਕੀ ਨਹੀਂ ਲਾਈ ਇਹਦੀ, ਉਸੇ ਟਰੈਕਟਰ ਦੇ ਤੇਲ ਨਾਲੇ ਇਹਦਾ ਪ੍ਰੈਸ਼ਰ ਸਟੀਅਰਿੰਗ ਚੱਲਦਾ, ਉਸੇ ਨਾਲੇ ਇਹਦੀ ਲਿਫਟ ਚੱਲਦੀ ਆ, ਦੋਨੋਂ ਇੱਕੋ ਪੰਪ 'ਤੇ ਇਹਦੀ ਸਾਰਾ ਕਰਤਾ ਕੰਮ, ਨਾਲੇ ਲਿਫਟ ਅਤੇ ਸਟੀਅਰਿੰਗ ਦੋਨੋਂ ਇੱਕ ਪੰਪ 'ਤੇ ਚੱਲਦੇ ਨੇ। ਇੱਕ ਕਲੱਚ ਦੱਬੇ 'ਤੇ ਲਿਫਟ ਇਹਦੀ ਕੰਮ ਨਹੀਂ ਛੱਡਦੀ ਜਿਵੇਂ ਪੁਰਾਣੇ ਟਰੈਕਟਰਾਂ ਦੀ, ਆਪਣੇ ਦੀ ਨਿਊਟਰਲ ਕਰਕੇ ਫਿਰ ਲਿਫਟ ਚੱਕਣੀ ਪੈਂਦੀ ਆ ਪੰਪ ਬਾਹਰ ਹੋਣ ਕਰਕੇ, ਇਹ ਦੋਵੇਂ ਕੰਮ ਇੱਕੋ ਪੰਪ ਨਾਲੇ ਹੋਈ ਜਾਂਦੇ ਆ ਇਹਦੇ। ਦੁਬਾਰਾ ਸਟਾਰਟ ਕਰਕੇ ਦਿਖਾਉਂਦੇ ਹਾਂ ਤੁਹਾਨੂੰ, ਵੀਰ ਜੀ ਤੁਸੀਂ ਟਰੈਕਟਰ ਦੀ ਕਟਾਈ ਤਾਂ ਦੇਖ ਲਈ, ਚੱਲਦਾ ਬੰਦ ਰੇਸ 'ਤੇ ਬਿਲਕੁਲ ਐਨ ਵਧੀਆ ਕੰਮ ਕਰਦਾ। ਬਾਕੀ ਰਹੀ ਗੱਲ ਵੀਰੇ ਖਰਚੇ ਦੀ, ਪੰਪ ਆ ਜਿਹੜਾ ਇੱਕ ਸਾਲ ਪਹਿਲਾਂ ਇਹ ਲਾਤਾ ਸੀਗਾ ਬਾਹਰ, ਅਤੇ ਜਿਹੜਾ ਆ ਜੈੱਕ ਆ, ਜੈੱਕ ਸਾਡੇ ਕੋਲ ਘਰੇ ਪਿਆ ਸੀਗਾ ਪੁਰਾਣਾ, ਉਸੇ ਨੂੰ ਦੁਬਾਰਾ ਛੋਟਾ ਕਰਕੇ ਉਹਦੀਆਂ ਸੀਲਾਂ ਸੂਲਾਂ ਪਾ ਕੇ ਜੈੱਕ ਆਪ ਤਿਆਰ ਕਰ ਲਿਆ। ਅਤੇ ਜਿਹੜਾ ਵੀਰ ਜੀ ਆ ਡਿਸਟ੍ਰੀਬਿਊਟਰ ਆਰ ਬੀ ਡੋਲ ਲੱਗਿਆ, ਇਹ ਬੀਟੈਕ ਕੰਪਨੀ ਦਾ ਲੱਗਿਆ, ਵੈਸੇ ਤਾਂ ਵੱਢਣ ਵਾਲੇ ਤਾਂ 12-12 ਹਜ਼ਾਰ 'ਚ ਵੱਢੀ ਜਾਂਦੇ ਨੇ,
ਇਹ ਬੀਟੈਕ ਕੰਪਨੀ ਦਾ ਇਹ ਲੁਧਿਆਣੇ ਤੋਂ ਲਿਆ ਵੀਰ ਜੀ ਲੁਧਿਆਣੇ ਹੈਗੀ ਆ ਹੋਲਸੇਲ ਦੀ ਦੁਕਾਨ ਡਰੈਸ ਦੇ ਦਾਂਗੇ ਤੁਹਾਨੂੰ ਇਸ ਬੀਟੈਕ ਕੰਪਨੀ ਦਾ 5700 ਰੁਪਏ ਦਾ ਜੇ ਡੈਨਫੋਰਸ ਕੰਪਨੀ ਦਾ ਲਾਉਨੇ ਆ ਉਹ 9510000 ਦਾ ਇਹ ਬੀਟੈਕ ਕੰਪਨੀ ਦਾ ਚੱਲੀ ਇਹ ਵੀ ਜਾਂਦਾ 5700 ਰੁਪਏ ਦਾ ਜਿਹੜੀ ਆ ਵੀਰ ਜੀ ਰਾਡ ਆਉਂਦੀ ਆ ਵਿੱਚ ਜਿਹੜੀ ਆ ਸਟੀਅਰਿੰਗ ਵਾਲੀ ਪੈਂਦੀ ਆ ਇਹ 1200 ਰੁਪਏ ਦੀ ਆ ਵੀਰ ਜੀ ਇਹ ਵੀ ਲੁਧਿਆਣੇ ਤੋਂ ਲੈਂਦੀ ਆ ਇਹ ਰਾਡ 1200 ਦੀ 5700 ਰੁਪਏ ਦਾ ਆਰਬੀ ਡੋਲ ਤੇ ਆਹ ਪਲੇਟ ਬਾਈ ਜੀ 350 ਦੀ ਪਲੇਟ ਆਈ ਤੀ ਬਾਕੀ ਮਿਸਤਰੀ ਨੇ ਕੱਟ ਕੇ ਜੋੜ ਕੇ ਬਣਾਈ ਆ ਬਾਕੀ ਸਾਰਾ ਸਮਾਨ ਆਪ ਤਿਆਰ ਕਰਿਆ ਡਾਈ ਲਿਆਂਦੀ ਤੇ ਪੈਪੂ ਸਾਹਿਬ ਆਪ ਤਿਆਰ ਕਰੀ ਗਏ ਜਿੱਦਾਂ ਜਿੱਦਾਂ ਕਹੀ ਗਏ ਮਿਸਤਰੀ ਸਮਾਨ ਲਾਈ ਗਿਆ ਬਾਕੀ ਉਹ ਪੈਪੂ ਪਾ ਕੇ 2000 ਨਿਪਲਾਂ ਦਾ ਪੈਪਾਂ ਦਾ ਕੋਈ ਨਿੱਕਾ ਮੋਟਾ ਹੋਰ ਖਰਚਾ ਜੀ ਮਤਲਬ ਕਿ ਬਿਨਾਂ ਪੰਪ ਤੋਂ 13000-13500 ਰੁਪਈਏ ਦੇ ਵਿੱਚ ਆਪਣਾ ਇਹ ਕੰਮ ਹੋ ਗਿਆ ਵਿੱਚ ਜੈੱਕ ਦੀ ਰਿਪੇਅਰ 1000 ਕੰਡ ਪੁਰਾਣੇ ਜੈੱਕ 'ਤੇ ਲੱਗਿਆ ਮਤਲਬ ਕਿ 13000-13500 ਰੁਪਈਏ ਦੇ ਵਿੱਚ ਇਹ ਪ੍ਰੈਸ਼ਰ ਟੇਅਰਿੰਗ ਹੋ ਗਿਆ ਜਿਹੜਾ ਪੰਪ ਆਹ ਮੂਹਰੇ ਲਾਇਆ ਵੀਰੇ ਇਹ 2 ਕਰਾਸ ਲਾਉਣੇ ਪੈਂਦੇ ਨੇ ਮੂਹਰੇ ਬਣਾ ਕੇ ਜਗਾੜ ਕਰਨਾ ਪੈਂਦਾ ਚੁੱਲ੍ਹਾ ਵੱਢਣਾ ਪੈਂਦਾ ਇਹ ਸਾਲ 1 ਪਹਿਲਾਂ ਲਾਤਾ ਸੀ ਵੈਸੇ ਤਾਂ ਪੰਪ ਤਾਂ ਇਹ 5000 ਦਾ ਨਵਾਂ ਵੈਸੇ ਜੇ ਕੋਈ ਹੋਰ ਕੰਪਨੀ ਦਾ ਲਾਉਂਗੇ ਸੁਪਰੀਮੋ ਦਾ ਉਹ ਤੁਹਾਨੂੰ 3000 ਦਾ ਨਵਾਂ ਮਿਲਜੂ ਸਾਡੇ ਕੋਲ ਅੱਧਾ ਯੂਸ ਹੋਇਆ ਪਿਆ ਸੀਗਾ ਇਹ ਚਲੋ ਸਾਡਾ ਤਾਂ ਚਲੋ ਘਰੇ ਪਿਆ ਸੀ ਚੱਕ ਕੇ ਲਾਤਾ ਇੱਦਾਂ ਸਾਡਾ ਖਰਚਾ ਬਚ ਗਿਆ ਵੈਸੇ ਜੇ ਨਵਾਂ ਲਾਉਂਦੇ ਹਾਂ ਤਾਂ 3100-3300 ਦਾ ਪੰਪ ਆ ਇਹ ਸੁਪਰੀਮੋ ਦਾ ਇੰਨਾ ਹੀ ਕੰਮ ਕਰਦਾ ਅਤੇ ਮਤਲਬ ਕਿ 5000 ਰੁਪਇਆ ਸਮਝ ਲਓ ਵੀ ਇਹਦੀ ਫਿੱਟ ਫੁੱਟ ਕਰਾਈ ਵਿੱਚ ਸਾਰਾ ਕੁਝ ਬਣਾ ਕੇ 5000 ਦਾ ਇਹ ਯਾਨੀ ਕਿ ਕੁੱਲ ਮਿਲਾ ਕੇ ਇਹ ਸਾਰਾ 19-20000 ਰੁਪਏ ਦੇ ਵਿੱਚ ਪੰਪ ਵਿੱਚ ਸਟੀਅਰਿੰਗ ਸਾਰਾ ਕੁਝ ਵਿੱਚ ਆਪਣਾ ਇਹ 18-19000 ਰੁਪਏ ਦੇ ਵਿੱਚ ਵੀਰੇ ਫਿੱਟ ਹੋ ਗਿਆ ਜੇ ਉਂਝ ਲਾਉਂਦੇ ਹਾਂ ਫਿਰ ਇੰਜਣ ਦੀ ਪਲੇਟ ਬਦਲੀ ਕਰਨੀ ਪੈਂਦੀ ਆ ਆਹ ਪਲੇਟ ਇੰਜਣ ਦੀ ਬਦਲੀ ਕਰਨੀ ਪੈਂਦੀ ਆ ਬਦਲੀ ਕਰਕੇ ਆਹ ਪਲੇਟ ਇੰਜਣ ਦੀ ਫਿਰ ਪੰਪ ਬਾਹਰ ਲੱਗਦਾ ਵੀਰੇ ਪਰ ਅੰਦਰਲੇ ਪੰਪ ਨਾਲ ਲਿਫਟ ਆ ਜਿਹੜੀ ਫਿਰ ਉਹ ਇਕੱਲੀ ਅੰਦਰਲੇ ਪੰਪ ਨਾਲ ਹੀ ਰਹਿੰਦੀ ਆ ਪੰਪ ਉੱਤੇ ਪੰਪ ਬਾਹਰ ਕਰਕੇ ਪਲੇਟ ਇੰਜਣ ਦੀ ਪਲੇਟ ਬਦਲ ਕੇ ਪੰਪ ਬਾਹਰ ਲਾ ਕੇ ਪੰਪ ਛੋਟਾ ਹੀ ਰਹਿੰਦਾ ਅੰਦਰਲੇ ਪੰਪ ਨਾਲ ਲਿਫਟ ਜਿੱਦਾਂ ਪੁਰਾਣੇ ਟਰੈਕਟਰਾਂ ਦੀ ਕਲੱਚ ਦੱਬ ਕੇ ਲਿਫਟ ਕੰਮ ਛੱਡਦੀ ਆ ਉਹ ਕੰਮ ਫਿਰ ਉਸੇ ਤਰ੍ਹਾਂ ਹੀ ਆ ਹੁਣ ਕੰਟਰੋਲ ਹੋ ਗਈ ਲਿਫਟ ਇਹਦੀ ਕਲੱਚ ਦੱਬੇ ਤੇ ਲਿਫਟ ਕੰਮ ਨਹੀਂ ਛੱਡਦੀ ਤੇ ਪ੍ਰੈਸ਼ਰ ਟੇਅਰਿੰਗ ਵੀ ਚੱਲ ਗਿਆ ਪੰਪ ਵੱਡਾ ਹੋਣ ਕਰਕੇ ਇੱਕੋ ਪੰਪ ਨਾਲ 2 ਕੰਮ ਹੋ ਗਏ ਚਲੋ ਬਹੁਤ ਬਹੁਤ ਧੰਨਵਾਦ ਵੀਰ ਜੀ ਦੇਖ ਕੇ ਦੱਸੋ ਕਿਵੇਂ ਲੱਗਿਆ ਜਗਾੜਾ